ਕਿੰਨੀ ਦੇਰ ਤੋਂ ਨਹੀਂ ਮੈਂ ਫੋਨ ਮਿਲ ਰਿਹਾ 4:30 ਤੋਂ ਫੋਨ ਨਹੀਂ ਮਿਲਦਾ ਪਿਆ 4:30 ਤੋਂ ਬਾਅਦ ਮੈਨੂੰ ਫੋਨ ਨਹੀਂ ਮਿਲਦਾ ਪਿਆ ਇਹਨਾਂ ਦਾ ਨਾ ਦੱਸ ਰਹੇ ਨੇ ਕੁਝ ਨਾ ਕੁਝ ਨਹੀਂ ਦੱਸ ਰਹੇ ਮੈਂ ਉਹਨਾਂ ਦਾ ਇਹਨਾਂ ਨੂੰ ਮੈਸੇਜ ਹੀ ਪਾਇਆ ਸੀ ਤੁਸੀਂ ਠੀਕ ਹੋ ਤੇ ਕੋਈ ਮੈਸੇਜ ਨਹੀਂ ਆਇਆ ਨੀਲੇ ਟਿਕ ਮਾਰ ਹੋ ਗਏ ਪਤਾ ਨਹੀਂ ਕਿੰਨੇ ਮੈਸੇਜ ਪੜੇ ਇਹਨਾਂ ਦੇ ਇਟ ਮੀਨਸ ਇਹਨਾਂ ਦਾ ਫੋਨ ਵੀ ਕਿਸੇ ਦੇ ਕੋਲ ਹੈ ਇਹਨਾਂ ਨੂੰ ਸਪਟੰਬਰ ਤੋਂ ਕਿਉਂ ਫੋਨ ਰੱਖਿਆ ਇਹਨਾਂ ਨੇ ਮੇਰੇ ਹਸਬੰਡ ਦਾ ਆਪਣੇ ਕੋਲ ਕਿਉਂ ਫੋਨ ਰੱਖਿਆ ਇਹਨਾਂ ਨੇ ਮਨ ਸੁਣੂ ਤੂੰ ਲੱਗਦਾ ਸਿਰਫ ਆਪਣੀ ਕੱਲ ਦੇਖੋ ਨੋਟਿਸ ਆਇਆ ਸੀਗਾ ਵੀ ਅੱਜ ਦੀ ਡੇਟ ਤੇ ਆਣ ਤੇ ਜੇ ਨਾ ਆਏ ਤੁਸੀਂ ਕਾਰਵਾਈ ਕਰਾਂਗੇ ਇਹ ਅੱਜ ਚੁੱਪਚਾਪ ਸਵੇਰੇ 11:30 12 ਵਜੇ ਪਹੁੰਚ ਗਏ चीफ डायरेक्टर विजिलेंस ब्यूरो डीएसपी एसपी डीजीपी सीएम सारे मेल पाई पोर्टल कंप्लेंट पाई है कि भाई साहब साडा जिहड़ा जवाई आ आईएएस है उहदा रिश्तेदार ते इनक्वायरी करवाउण डिया तुसीं इनक्वायरी चेंज कर दो इन्होंने एक नहीं सुनी इन्होंने इनक्वायरी तक नहीं चेंज की उही मनमोहन शर्मा उही बरिंदर गिल उन्हां दी शिकायतां भी पातियां ते उही इनक्वायरी जिहड़े चोर उही इनक्वायरियां करन डिया तुसीं इह हक हैगा ना वी जे इक अफसर किसी ते इनक्वायरी नहीं करवाउणा चाहुंदा तुहाडी गल्ल मेरे फादर है कि बलविंदर सिंह सिद्धू मेरे फादर है कि अमृत सिंह ਇਨਕੁਆਇਰੀ ਨਹੀਂ ਚੇਂਜ ਕਰਨ ਦੇ ਡੀਐਸਪੀ ਬ੍ਰਿੰਦਰ ਗਿੱਲ ਤੋਂ ਅਸੀਂ ਕਹਿੰਦੇ ਸਾਡੀ ਇਨਕੁਆਇਰੀ ਸੀਬੀਆਈ ਐਫਬੀਆਈ ਅਮਰੀਕਾ ਜਿੱਥੋਂ ਮਰਜ਼ੀ ਕਰਾ ਲਓ ਡੀਜੀਪੀ ਤੋਂ ਕਰਾ ਲਓ ਸਾਡੀ ਇਨਕੁਆਇਰੀ ਜੇ 1 ਰੁਪਏ ਦੀ ਇਹਨਾਂ ਕਰਪਸ਼ਨ ਕੀਤੀ ਹੋ ਮੇਰੇ ਪਿਓ ਨੇ ਪਰ ਇਹਨਾਂ ਨੇ ਧੱਕੇ ਨਾਲ ਅੰਦਰ ਫਸਾਉਣਾ ਸੀਗਾ ਇਹਨਾਂ ਨੇ ਜਿੱਦਾਂ ਤਿੱਦਾਂ ਕਰਕੇ ਮਨਮੋਹਨ ਸ਼ਰਮਾ ਬ੍ਰਿੰਦਰ ਗਿੱਲ ਤੇ ਜਿਹੜਾ ਇਹਨਾਂ ਦਾ ਚੀਫ ਡਾਇਰੈਕਟਰ ਹੈਗਾ ਵਰਿੰਦਰ ਕੁਮਾਰ ਇਹਨਾਂ ਨੇ ਦੇਤਾ ਅੰਦਰ ਮੇਰੇ ਪਿਓ ਨਹੀਂ ਚਲੋ ਜੇ ਦਰਸਿੰਘ ਸਿੱਧੂ ਸਵੇਰ ਦੇ ਅੰਦਰ ਹੈਗੇ ਹਾਂਜੀ ਹਾਂਜੀ ਫੋਨ ਉਹਨਾਂ ਦਾ ਬੰਦ ਹੈਗਾ ਹੈ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਦਾ ਕੀ ਕਰ ਰਹੇ ਆ ਇਹ ਅੰਦਰ ਕੀ ਹੋਇਆ ਕੀ ਮੈਮ ਹੋਣਾ ਕਿ ਇਹਨਾਂ ਨੂੰ ਬੁਲਾਇਆ ਸੀਗਾ ਅੱਜ ਠੀਕ ਹੈ ਨਾ ਤੇ ਫਾਲਸ ਹੈ ਨਾ ਤੇ ਉਹਨਾਂ ਨੇ ਪਿੱਛੇ ਜੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਸਿੱਧੂ ਸਾਹਿਬ ਨੇ ਠੀਕ ਹੈ ਨਾ ਫਾਲਸ ਹੈ ਨਾ ਤੇ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂ ਕਿਉਂਕਿ ਸਾਡਾ ਜਵਾਈ ਹਰਪ੍ਰੀਤ ਸਿੰਘ ਆਈਐਸ ਆਈਕਾਸ ਹੈਗਾ ਉਹ ਸਾਰਾ ਕੁਝ ਕਰਵਾ ਰਿਹਾ ਹੈਗਾ ਉਹਦੇ ਪਿੱਛੇ ਹੈ ਮਨਮੋਹਨ ਸਿੰਘ ਏਆਈਜੀ ਠੀਕ ਹੈ ਤੇ ਡੀਐਸਪੀ ਬਰਿੰਦਰਪਾਲ ਬਰਿੰਦਰ ਗਿੱਲ ਤੇ ਜਿਹੜਾ ਹੈਗਾ ਉਹਨਾਂ ਦਾ ਰੀਡਰ ਰਣਜੀਤ ਸਿੰਘ ਇਹ ਤਿੰਨੇ ਜਣੇ ਮੇਰੇ ਹਸਬੰਡ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਾ ਡਿਵੋਰਸ ਹੋਇਆ ਛੋਟਾ ਮਤਲਬ ਡਿਵੋਰਸ ਅਜੇ ਚੱਲ ਰਿਹਾ ਹੈ ਜੀ ਅੱਛਾ ਜੀ ਉਹ ਮਤਲਬ ਚੱਲ ਰਿਹਾ ਹੈ ਜੀ ਇਹ ਮੇਰੇ ਹਸਬੰਡ ਨੂੰ ਫਾਲਸਲੀ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹੈ ਅੱਜ ਕੀ ਹੋਇਆ ਜੀ ਹੁਣ ਮੈਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਫੋਨ ਬੰਦ ਹੈਗਾ ਇਹਨਾਂ ਦਾ ਫੋਨ ਬੰਦ ਆ ਰਿਹਾ ਹੈਗਾ ਜਦੋਂ ਪਹਿਲਾਂ ਤੁਹਾਨੂੰ ਪਤਾ ਲੱਗੇ ਬੁਲਾਇਆ ਸੀ ਉਹਨਾਂ ਨੂੰ ਅੱਜ ਕੀ ਇਹਨਾਂ ਨੂੰ ਅੱਜ ਬੁਲਾਇਆ ਸੀਗਾ ਕਹਿੰਦੇ ਚਲੋ ਮੈਂ ਜਾ ਆਣਾ ਜਿਹੜੇ ਪਰਫਾਰਮਾ ਵਗੈਰਾ ਭਰਨੇ ਹੈਗੇ ਮੈਂ ਭਰ ਦੇਣਾ ਜਨਤਕ ਕਰਕੇ ਮੇਰੇ ਹਸਬੰਡ ਨੇ ਪਰਫਾਰਮਾ ਵਿਜੀਲੈਂਸ ਦਾ ਕੰਮ ਇਹ ਹੈਗਾ ਡੀਏ ਜਿਹੜੇ ਡਿਸਪਲੇਸ ਐਸੈਟਸ ਹੁੰਦੇ ਉਹਦੇ ਤੇ ਉਹ ਕਰਦੇ ਆ ਸਾਰਾ ਕੁਝ ਠੀਕ ਹੈ ਨਾ ਤੇ ਉਹ ਉਹਨਾਂ ਨੇ ਜਨਤਕ ਹੀ ਕਰਦੇ ਸਾਰਾ ਹੁਣ ਅਸੀਂ ਇਹਨੂੰ ਪੁੱਛਿਆ ਹੈਗਾ ਬਾਹਰ ਜਿਹੜਾ ਬੰਦਾ ਹੈਗਾ ਮੈਨੂੰ ਸਾਨੂੰ ਹਸਬੰਡ ਬਾਰੇ ਤਾਂ ਦੱਸੋਗੇ ਤਾਂ ਕੁਝ ਉਹ ਸਾਨੂੰ ਦੱਸ ਹੀ ਨਹੀਂ ਰਹੇ ਕੀਤਾ ਕੀ ਉਹਦੇ ਨਾਲ ਉਹਨਾਂ ਲਾਈਨ ਮਤਲਬ ਤੁਹਾਨੂੰ ਸ਼ੱਕ ਕਿੱਥੋਂ ਪਿਆ ਜਦੋਂ ਫੋਨ ਬੰਦ ਹੋਇਆ ਉਦੋਂ ਪਿਆ ਫੋਨ ਬੰਦ ਆ ਰਿਹਾ ਜੀ 7:30 ਤੱਕ ਫੋਨ ਬੰਦ ਆ ਮਤਲਬ ਤੁਹਾਨੂੰ ਪਹਿਲਾਂ ਸ਼ੱਕ ਸੀਗਾ ਹਾਂ ਮੇਰੇ ਕਿਸੇ ਫੋਨ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਮੈਨੂੰ ਇਹ ਵੀ ਸ਼ੱਕ ਹੈ ਮੇਰੇ ਹਸਬੰਡ ਦਾ ਫੋਨ ਵੀ ਫੜ ਲਿਆ ਇਹਨਾਂ ਨੇ ਮਲਵਿੰਦਰ ਸਿੰਘ ਸਿੱਧੂ ਏਆਈਜੀ ਹਿਊਮਨ ਰਾਈਟ ਠੀਕ ਹੈ ਨਾ ਸਾਨੂੰ ਪੰਜਾਬ ਪੁਲਿਸ ਦੇ ਅਧਿਕਾਰੀ ਨਾਲ ਧੱਕਾ ਕਰਨ ਦੇ ਹੈਗੇ ਸਿੱਧਾ ਧੱਕਾ ਕਰ ਰਹੇ ਹੈਗੇ ਉਹਨਾਂ ਨਾਲ ਵੀ ਤੁਸੀਂ ਉਹ ਆਏ ਹੈਗੇ ਪਰਫਾਰਮ ਹੈ ਭਰਨ ਆਏ ਹੈਗੇ ਪਹਿਲਾਂ ਤਾਂ ਸਾਰਾ ਦਿਨ ਬਿਠਾਇਆ ਦੇਖੋ ਜੀ ਉਹਨਾਂ ਨੂੰ ਸਵੇਰ ਦੇ ਆਏ ਹੋਏ 11:30-12 ਵਜੇ ਸਵੇਰ ਦੇ ਪਹਿਲਾਂ ਇਹਨਾਂ ਨੂੰ ਬਿਠਾਇਆ ਉੱਥੇ ਤੇ ਡੀਐਸਪੀ ਨੇ ਪਹਿਲਾਂ ਬਦਤਮੀਜ਼ੀ ਕੀਤੀ ਇਹਨਾਂ ਨਾਲ ਬਾਹਰ ਕਹਿੰਦਾ ਬਾਹਰ ਬੈਠ ਜਾ ਜਿੱਥੇ ਆਹ ਸਟੂਲ ਹੁੰਦੇ ਆਰਡਰਲੀਜ਼ ਇਹ ਕਹਿੰਦੇ ਇਹ ਫਿਰ ਮੁਨਸ਼ੀ ਦੇ ਕਮਰੇ 'ਚ ਬੈਠ ਗਏ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਲਿੱਪ ਭੇਜੀ ਡੀਜੀਪੀ ਨੂੰ ਮਿਲਣ ਵਾਸਤੇ ਤੇ ਉਹਨੇ ਪਹਿਲਾਂ ਤਾਂ ਉਹਨਾਂ ਨੇ ਕਿਹਾ ਤਾਂ ਠੀਕ ਹੈ ਆ ਜਾਓ ਪਰ ਜੋ ਚੌਥੀ ਮੰਜ਼ਿਲ ਤੇ ਪਹੁੰਚੇ ਫਿਰ ਕਹਿੰਦੇ ਜੀ ਨੋ ਜੀ ਫਿਰ ਜਾ ਕੇ ਡੀਐਸਪੀ ਨੂੰ ਮਿਲੋ ਜਦੋਂ ਡੀਐਸਪੀ ਨੂੰ ਮਿਲਣ ਦੁਪਹਿਰੇ ਫਿਰ ਇਹਨਾਂ ਨੇ ਕਿਹਾ ਕਹਿੰਦੇ ਮੈਂ ਤਾਂ ਲੰਚ ਕਰਨ ਚੱਲਿਆ ਹੁਣ ਬਾਅਦ 'ਚ ਮਿਲੂੰਗਾ ਤੁਹਾਨੂੰ ਉਸ ਤੋਂ ਬਾਅਦ ਫਿਰ ਜਦੋਂ ਇਹ ਕਮਰੇ 'ਚ ਗਏ ਫਿਰ ਕਹਿੰਦਾ ਫਿਰ ਜਾਓ ਜੀ ਬੈਠ ਜਾਓ ਉੱਥੇ ਜਾ ਕੇ ਤੁਸੀਂ ਉਸ ਤੋਂ ਬਾਅਦ 4:30 ਮੈਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕੋਈ ਮੈਨੂੰ ਪਤਾ ਨਹੀਂ ਹੁਣ ਕੀ ਕਰ ਰਹੇ ਆ ਅੰਦਰ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਦਾ ਕਿਉਂਕਿ ਇਹਨਾਂ ਨੇ ਥੋੜਾ ਜਿਹਾ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀ ਮੋਹਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਮਤਲਬ ਐਲੀਗੇਸ਼ਨ ਲਾਏ ਸੀ ਇਹਨਾਂ ਨੇ ਕਾਫੀ ਜ਼ਿਆਦਾ ਰੰਜੀਤ ਐਲੀਗੇਸ਼ਨ ਤਾਂ ਸੱਚਾਈ ਹੈਗੀ ਸਾਰੀ ਰੰਜੀਤ ਸਿੰਘ ਡਾਕੂਮੈਂਟ ਹੈਗਾ ਇੱਕ ਇੱਕ ਡਾਕੂਮੈਂਟ ਆ ਤੁਸੀਂ ਦੇਖੋ ਹਰਪ੍ਰੀਤ ਆਈਕਾਸ ਹੈਗਾ ਠੀਕ ਹੈ ਉਹ ਜਾਲੀ ਬਣਿਆ ਹੋਇਆ ਹੈ ਰਾਮਦਾਸੀਆ ਬਣ ਕੇ ਜਾਲੀ ਉਹਨੇ ਨੌਕਰੀ ਲਈ ਹੋਈ ਹੈ ਮੈਂ ਕਹਿੰਦੀ ਹਾਂ ਸਾਡੇ ਕੋਲ ਕਮਰਾ ਇੱਕ ਫੁੱਲ ਹੈਗਾ ਜਿਹਦੇ ਅਗੇਂਸਟ ਡਾਕੂਮੈਂਟਸ ਹੈਗੇ ਪਰ ਦਿੱਲੀ ਤੋਂ ਚੱਲਦੇ ਆ ਸਾਡੇ ਸੀਐਮ ਜੀ ਵੀ ਉਹਦੇ ਨਾਲ ਸਾਡੇ ਡੀਜੀਪੀ ਵੀ ਉਹਦੇ ਨਾਲ ਤੇ ਏਜੀ ਵਿਚਾਰਾ ਕੀ ਕਰ ਲੂਗਾ ਜਦੋਂ ਸਾਰੀ ਸਾਡੀ ਗਵਰਨਮੈਂਟ ਉਹਦੇ ਨਾਲ ਸਾਡੇ ਸੀਨੀਅਰ ਅਫਸਰ ਸਾਹਿਬ ਉਹਨਾਂ ਨਾਲ ਹੈਗੇ ਏਜੀ ਦੀ ਕੌਣ ਪੁੱਛੂਗਾ ਮੇਰੇ ਹਸਬੰਡ ਨਾਲ ਮੇਰੀ ਹਰਾਸਮੈਂਟ ਹੋ ਰਹੀ ਹੈ ਮੈਨੂੰ ਡਾਊਟ ਹੈਗਾ ਇਹਨਾਂ ਨੇ ਮੇਰੇ ਹਸਬੰਡ ਨਾਲ ਕੁਝ ਕਰਤਾ ਹੈ ਮੇਰਾ ਪ੍ਰਦੀਪ ਕੌਰ ਹੈ ਨਾਮ ਠੀਕ ਹੈ ਨਾ